ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਇੱਕ ਬੰਦਾ ਕਿੰਨੀਆਂ ਚੀਜ਼ਾਂ ਦੇ ਵਿੱਚ ਮਾਸਟਰ ਹੋ ਸਕਦਾ ਤਾਂ ਤੁਹਾਡਾ ਜਵਾਬ ਹੋਵੇਗਾ ਵੱਧ ਤੋਂ ਵੱਧ 5-6 ਕਲਾ ਹੋਣਗੀਆਂ ਉਹਦੇ ਵਿੱਚ ਜਿੰਨਾ ਚੋ ਮਾਸਟਰ ਹੋਊਗਾ ਪਰ ਅੱਜ ਆਪਾਂ ਜਿਸ ਇਨਸਾਨ ਦੀ ਗੱਲਬਾਤ ਕਰਨ ਜਾ ਰਹੇ ਹਾਂ ਉਹ ਦੁਨੀਆ ਦਾ ਸਭ ਤੋਂ ਵੱਡਾ ਜੀਨੀਅਸ ਆ ਉਹ 5-6 ਚੀਜ਼ਾਂ ਵਿੱਚ ਹੀ ਨਹੀਂ ਮਾਰ ਸਗੋਂ ਕਿ ਆ ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜੀਨੀਅਸ ਸੀ ਇਹ ਇਨਸਾਨ ਨੂੰ ਇੰਨੇ ਵਿਸ਼ਿਆਂ ਵਿੱਚ ਜਾਣਕਾਰੀ ਸੀ ਕਿ ਇੰਨੇ ਵਿਸ਼ੇ ਸਕੂਲ ਜਾਂ ਕਾਲਜ ਦੇ ਵਿੱਚ ਵੀ ਇੰਨੇ ਵਿਸ਼ੇ ਨਹੀਂ ਹੁੰਦੇ। ਹਾਂਜੀ ਅਸੀਂ ਗੱਲ ਕਰ ਰਹੇ ਹਾਂ 4 ਦੋ ਦਾ ਵਿੰਚੀ ਬਾਰੇ ਜੋ ਕਿ ਇੱਕ ਸੈਂਟਿਸੀ ਪਿੰਟਰ ਸੀ ਜਿਸਦੇ ਵਿੱਚ ਬਹੁਤ ਹੀ ਜ਼ਿਆਦਾ ਕਲਾ ਸੀ। ਦਾ ਵਿੰਚੀ ਦੋਹਾਂ ਹੱਥਾਂ ਨੂੰ ਵਰਤ ਸਕਦਾ ਸੀਗਾ ਉਹ ਵੀ ਇੱਕੋ ਟਾਈਮ ਦੇ ਵਿੱਚ। ਇੱਕ ਹੱਥ ਨਾਲ ਲਿਖ ਸਕਦਾ ਸੀ ਤੇ ਇੱਕ ਹੱਥ ਨਾਲ ਡਰਾਇੰਗ ਕਰ ਸਕਦਾ ਸੀ। ਤੁਸੀਂ ਇਹ ਜਾਣ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਵੋਗੇ ਕਿ ਉਸ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਚੀਜ਼ਾਂ ਆਉਣੀਆਂ ਸੀ ਉਸ ਦੀ ਤਸਵੀਰ ਪਹਿਲਾਂ ਹੀ ਬਣਾ ਦਿੱਤੀ ਸੀ ਦਾ ਵਿੰਚੀ ਨੂੰ ਦੁਨੀਆ ਦੇ ਸਭ ਤੋਂ ਬੁੱਧੀਮਾਨ ਲੋਕਾਂ ਦੇ ਵਿੱਚੋਂ ਇੱਕ ਬੰਦਾ ਮੰਨਿਆ ਜਾਂਦਾ ਇਸ ਦਾ ਜਨਮ 1452 ਈਸਵੀ ਨੂੰ ਇਟਲੀ ਦੇ ਵਿੰਚੀ ਸ਼ਹਿਰ ਵਿੱਚ ਹੋਇਆ ਸੀ ਇਸੇ ਕਾਰਨ ਉਹਨਾਂ ਦੇ ਨਾਮ ਮਗਰ ਵਿੰਚੀ ਲੱਗਦਾ ਸੀ ਕਿਉਂਕਿ ਉਹਨਾਂ ਦੇ ਸ਼ਹਿਰ ਦਾ ਨਾਮ ਵਿੰਚੀ ਸੀ ਉਹ ਮਿਰਰ ਰਾਈਟਿੰਗ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਲਿਖ ਲੈਂਦੇ ਸੀ ਆਪਦੇ ਹਿਸਾਬ ਨਾਲ ਮਿਰਰ ਰਾਈਟਿੰਗ ਤੋਂ ਭਾਵ ਕਿ ਉਹ ਕਲਮ ਨਾਲ ਤਾਂ ਅੱਖਰ ਜੋ ਆਪਦੇ ਅਕੋਰਡਿੰਗ ਸਿੱਧੇ ਲਿਖਦੇ ਸੀ ਪਰ ਜਦੋਂ ਉਹਨੂੰ ਆਪਾਂ ਮਿਰਰ ਦੇ ਵਿੱਚ ਵੇਂਦੇ ਸੀ ਤਾਂ ਉਹ ਇਨਸਾਨ ਉਦੋਂ ਹੀ ਪੜ ਸਕਦਾ ਸੀ ਦਾਵਿੰਚੀ ਨੇ ਬਹੁਤ ਸਾਰੀਆਂ ਕਿਤਾਬਾਂ ਜੋ ਇਦਾਂ ਲਿਖੀਆਂ ਸੀਗੀਆਂ ਅਤੇ ਜੋ ਵੀ ਇਹਨਾਂ ਦੀਆਂ ਕਿਤਾਬਾਂ ਕੋਈ ਰੀਡ ਕਰਨਾ ਚਾਹੁੰਦਾ ਸੀ ਉਹਨੂੰ ਸ਼ੀਸ਼ੇ ਦਾ ਪ੍ਰਯੋਗ ਕਰਨਾ ਪੈਂਦਾ ਸੀ ਤੇ ਬਹੁਤ ਸਾਰੇ ਲੋਕ ਆਈ ਵੀ ਕਹਿੰਦੇ ਆ ਕਿ ਦਾਵਿੰਚੀ ਇੰਨਾ ਚੀਜ਼ਾਂ ਨੂੰ ਗੁਪਤ ਰੱਖਣਾ ਚਾਹੁੰਦਾ ਸੀ ਤਾਂ ਉਹਨਾਂ ਨੂੰ ਪੁੱਠੇ ਪਾਸੇ ਲਿਖਦਾ ਸੀ ਮਤਲਬ ਉਹ ਜਦੋਂ ਆਪਾਂ ਮਿਰਰ 'ਚ ਵੇਂਦੇ ਸੀ ਉਦੋਂ ਸਿੱਧਾ ਲੱਗਦੇ ਸੀਗੇ ਤੇ ਉਹ ਅੱਖਰ ਉਹਦੇ ਸਾਰੇ ਪੁੱਠੇ ਲਿਖਦਾ ਸੀ ਪਰ ਅਸਲ ਦੀ ਵਿੱਚ ਦਾਵਿੰਚੀ ਇਹਨਾਂ ਚੀਜ਼ਾਂ ਨੂੰ ਲਿਖ ਕੇ ਇੰਨਾ ਜ਼ਿਆਦਾ ਮਾਰ ਹੋ ਗਿਆ ਸੀ ਕਿ ਉਸ ਨੂੰ ਪੁੱਠਾ ਲਿਖਣਾ ਵੀ ਬਹੁਤ ਆਸਾਨ ਲੱਗਣ ਲੱਗ ਗਿਆ ਸੀ। ਇੱਕ ਨਾਲ ਦੀ ਨਾਲ ਤੁਹਾਨੂੰ ਆਪਾਂ ਇਹ ਵੀ ਦੱਸਣਾ ਚਾਹਾਂਗੇ ਕਿ 1984 ਈਸਵੀ ਨੂੰ ਬਿਲ ਗੇਟ ਨੇ ਜੋ ਦੁਨੀਆ ਦੇ ਅਮੀਰ ਵਿਅਕਤੀਆਂ ਚੋਂ ਵਿਅਕਤੀ ਹਨ ਉਹਨਾਂ ਨੇ ਦਾਵਿੰਚੀ ਦੀ ਇੱਕ ਬੁੱਕ ਲਿਖੀ ਵੀ ਖਰੀਦੀ ਸੀ 30 ਮਿਲੀਅਨ ਯੂਐਸ ਡਾਲਰ ਦੀ। ਇਸ ਕਿਤਾਬ ਨੂੰ ਵੀ ਦਾਵਿੰਚੀ ਨੇ ਪੁੱਠੀ ਲਿਖਾਈ ਵਿੱਚ ਹੀ ਲਿਖਿਆ ਸੀ। ਅੱਜ ਤੋਂ 500 ਸਾਲ ਪਹਿਲਾਂ ਜਦੋਂ ਦਾ ਵਿੰਚੀ ਹੁੰਦੀ ਸੀ ਉਹਨਾਂ ਨੇ ਇਨਸਾਨ ਦੇ ਅੰਦਰਲੇ ਹਿੱਸੇ ਜਾਨੀ ਕਿ ਹੱਡਾਂ ਦੇ ਹਿੱਸੇ ਨੂੰ ਇੱਕ ਚਿੱਤਰ ਬਣਾ ਕੇ ਲੋਕਾਂ ਦੇ ਸਾਹਮਣੇ ਬਿਆਨ ਕਰਤਾ ਸੀ ਕਿ ਇਨਸਾਨ ਦੇ ਜੋ ਅੰਦਰ ਹੱਡੀਆਂ ਦਾ ਆਕਾਰ ਆ ਉਹ ਇਦਾਂ ਦਾ ਸੋਚਣ ਵਾਲੀ ਗੱਲ ਹੈ ਕਿ ਇਹ ਉਸ ਸਮੇਂ ਦਾ ਵਿੰਚੀ ਨੇ ਇਹ ਚੀਜ਼ਾਂ ਕਿਵੇਂ ਕਰਤੀਆਂ ਅਸਲ ਵਿੱਚ ਉਸ ਸਮੇਂ ਉਹ ਮ੍ਰਿਤਕ ਸ਼ਰੀਰ ਨੂੰ ਕਬਰਾਂ ਦੇ ਵਿੱਚੋਂ ਕੱਢ ਕੇ ਉਸ ਤੇ ਰਿਸਰਚ ਕਰਦੇ ਸੀ ਉਹਨਾਂ ਨੇ 30 ਤੋਂ ਵੱਧ ਜਿਹੜੀਆਂ ਲਾਸ਼ਾਂ ਦੱਬੀਆਂਆਂ ਸੀ ਕਬਰ ਦੇ ਵਿੱਚ ਉਹਨਾਂ ਤੇ ਕੱਢ ਕੇ ਬਹੁਤ ਹੀ ਜ਼ਿਆਦਾ ਉਹਨਾਂ ਤੇ ਰਿਸਰਚ ਕੀਤਾ ਸੀ ਤਾਂ ਕਿ ਉਹ ਲੋਕਾਂ ਨੂੰ ਬਾਡੀ ਦੇ ਅੰਦਰਲੇ ਸਟਰਕਚਰ ਬਾਰੇ ਇੱਕ ਤਸਵੀਰ ਨਾ ਹੀ ਦੱਸ ਸਕਣ ਵੀ ਅੰਦਰੋਂ ਨਸਾਂ ਹੱਡੀਆਂ ਜਿਹੜੀਆਂ ਇਨਸਾਨ ਦੀਆਂ ਉਹ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਦਾ ਵਿੰਚੀ ਇੱਕ ਆਲਸੀ ਇਨਸਾਨ ਸੀ ਇੰਨਾ ਮਹਾਨ ਹੋਣ ਦੇ ਬਾਵਜੂਦ ਵੀ ਜਿਹੜਾ ਦਾ ਵਿੰਚੀ ਇਨਸਾਨ ਸੀ ਉਹ ਆਲਸੀ ਬੰਦਾ ਸੀ ਉਹ ਆਪਣੇ ਕੰਮ ਤੋਂ ਟਾਲ ਮਟੋਲ ਕਰਦਾ ਰਹਿੰਦਾ ਸੀ ਟਾਲ ਮਟੋਲ ਕਰਨ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਕਈ ਪੇਂਟਿੰਗਾਂ ਉਹ ਅਧੂਰੀਆਂ ਰਹਿ ਗਈਆਂ ਜੋ ਹਜੇ ਤੱਕ ਵੀ ਨਹੀਂ ਪੂਰੀਆਂ ਹੋਈਆਂ ਅੱਧੀਆਂ ਹੀ ਬਣੀਆਂ ਬਹੁਤ ਲੋਕਾਂ ਦਾ ਕਹਿਣਾ ਇਹ ਹੀ ਹੈ ਕਿ ਉਹ ਆਲਸੀ ਸੀ ਤਾਂ ਕਰਕੇ ਉਹਨਾਂ ਦੀਆਂ ਜਿਹੜੀਆਂ ਪੇਂਟਿੰਗਾਂ ਉਹ ਅਧੂਰੀਆਂ ਰਹਿ ਗਈਆਂ ਦਾ ਵਿੰਚੀ ਨੇ ਉਸ ਸਮੇਂ ਵਿੱਚ ਜਾਨੀ ਕਿ 15ਵੀਂ ਸਦੀ ਦੇ ਵਿੱਚ ਬਹੁਤ ਹੀ ਵੱਡੇ ਅਵਿਸ਼ਕਾਰ ਕਰਤੇ ਸੀ ਜਿਵੇਂ ਕਿ ਪੈਰਾਸ਼ੂਟ ਹੈਲੀਕਾਪਟਰ ਟੈਂਕ ਤੇ ਰੱਸੀ ਨਾਲ ਚੁੱਕਣ ਵਾਲਾ ਪੁਲ ਇਦਾਂ ਦੇ ਬਹੁਤ ਇਹਨਾਂ ਸਾਰੀਆਂ ਚੀਜ਼ਾਂ ਦੇ ਦਾ ਵਿੰਚੀ ਨੇ ਡਿਜ਼ਾਈਨ ਬਣਾਏ ਸੀ ਤੇ ਡਿਜ਼ਾਈਨ ਨੂੰ ਵਰਤ ਕੇ ਹੀ ਵਿਗਿਆਨੀਆਂ ਨੇ ਇਹ ਚੀਜ਼ਾਂ ਆਪਣੇ ਸਾਹਮਣੇ ਲੈ ਕੇ ਆਂਦੀਆਂ 1469 ਈਸਵੀ ਦੇ ਵਿੱਚ ਦਾਵਿੰਚੀ ਦੀ ਬਣਾਈ ਪੇਂਟਿੰਗ ਆਰ ਨੋਵੈਲੀ ਨਾਮ ਦੀ ਪੇਂਟਿੰਗ ਬਣਾਈ ਸਭ ਤੋਂ ਪੁਰਾਣੀ ਪੇਂਟਿੰਗ ਹੈ ਜੋ ਕਿ ਦਾਵਿੰਚੀ ਨੇ ਕਿਸੇ ਦੀ ਯਾਦ ਵਿੱਚ ਬਣਾਈ ਸੀ ਅਤੇ ਕਿਸੇ ਨੂੰ ਗਿਫਟ ਕਰ ਲਈ ਇਹ ਪੇਂਟਿੰਗ ਜੋ ਉਹਨਾਂ ਨੇ ਬਣਾਈ ਸੀ ਦਾਵਿੰਚੀ ਕਦੇ ਵੀ ਸਕੂਲ ਨਹੀਂ ਗਿਆ ਸੀ ਉਸਨੇ ਸਿਰਫ ਪੇਂਟਿੰਗ ਹੀ ਆਪਣੇ ਪਿਤਾ ਦੇ ਕਹਿਣ ਤੇ ਸਕੂਲ ਟਾਈਮ ਛੁੱਟੇ ਹੁੰਦੇ ਪੇਂਟਿੰਗ ਸਿੱਖੀ ਸੀ ਬਾਕੀ ਸਾਰੀ ਵਿਸ਼ਿਆਂ ਦਾ ਗਿਆਨ ਉਹਨਾਂ ਨੇ ਕਿਤਾਬਾਂ ਪੜ੍ਹ ਕੇ ਤੇ ਆਸੇ-ਪਾਸੇ ਲੋਕਾਂ ਨਾਲ ਵਿਚਰ ਕੇ ਸਾਰਾ ਚੀਜ਼ਾਂ ਰੈਕਸ ਮੈਕਸ ਕਰਕੇ ਨਾ ਗਿਆਨ ਇਕੱਠਾ ਕੀਤਾ ਸੀ ਇੱਕ ਵਾਰ ਉਹਨਾਂ ਦਾ ਉਸਤਾਦ ਬਰੂਸ਼ੀ ਜੋ ਪੇਂਟਿੰਗ ਉਹਨਾਂ ਨੂੰ ਸਿਖਾਉਂਦਾ ਸੀ ਉਹਨਾਂ ਨੇ ਪੇਂਟਿੰਗ ਬਣਾਈ ਉਸ ਪੇਂਟਿੰਗ ਵਿੱਚ ਦੋ ਮੁੱਖ ਪਾਤਰ ਉਹਨਾਂ ਦੇ ਉਸਤਾਦ ਨੇ ਬਣਾਈ ਅਤੇ ਬਾਕੀ ਜਿਹੜੇ ਆਸੇ-ਪਾਸੇ ਪੰਛੀ ਜਾਂ ਪੀੜ ਪੌਦੇ ਸੀਗੇ ਉਹ ਦਾ ਵਿੰਚੀ ਨੂੰ ਬਣਾਉਣ ਲਈ ਕਿਹਾ ਦਾਵਿੰਚੀ ਨੇ ਜੋ ਪੀੜ ਪੌਦੇ ਜਾਂ ਪੰਛੀ ਬਣਾਏ ਉਹ ਉਹਨਾਂ ਦੇ ਉਸਤਾਦ ਦੇ ਬਣਾਏ ਦੋ ਚਿੱਤਰਾਂ ਦੇ ਸਾਹਮਣੇ ਬਹੁਤ ਹੀ ਜ਼ਿਆਦਾ ਵਧੀਆ ਲੱਗਣ ਜਿਸ ਕਾਰਨ ਕਿ ਉਸਤਾ ਉਹਨਾਂ ਦੇ ਉਸਤਾਦ ਨੂੰ ਲੱਗਿਆ ਕਿ ਇਹ ਤਾਂ ਹੁਣ ਮੇਰੇ ਨਾਲ ਵੀ ਤਾਂ ਜਿਹੜਾ ਉਹ ਟੱਪਦਾ ਜਾਂਦਾ ਜਿਸ ਕਾਰਨ ਕਿ ਉਹਦਾ ਉਸਤਾਦ ਹੈ ਜੋ ਬਹੁਤ ਘਬਰਾ ਗਿਆ ਸੀ ਕਿਉਂਕਿ ਚੇਲਾ ਗੁਰੂ ਤੋਂ ਵੀ ਕਾਫੀ ਜ਼ਿਆਦਾ ਅੱਗੇ ਲੰਘ ਚੁੱਕਿਆ ਸੀ ਦਾਵਿੰਚੀ ਖੁਦ ਸ਼ਾਕਾਹਾਰੀ ਸੀਗਾ ਉਹਨਾਂ ਨੇ ਕਦੇ ਵੀ ਪੰਛੀ ਜਾਂ ਜਾਨਵਰ ਨੂੰ ਮਾਰ ਕੇ ਉਹਨਾਂ ਦਾ ਉਹਨਾਂ ਦਾ ਮਾਸ ਦਾ ਸੇਵਨ ਜੋ ਨਹੀਂ ਕੀਤਾ ਸੀ ਤੇ ਉਹ ਜਦੋਂ ਵੀ ਕਦੇ ਬਾਜ਼ਾਰ ਦੇ ਵਿੱਚ ਜਾਂਦੀ ਸੀ ਤਾਂ ਜਿਹੜੀਆਂ ਉੱਥੇ ਚਿੜੀਆਂ ਪਿੰਜਰੇ ਦੇ ਵਿੱਚ ਰੱਖੀਆਂ ਹੁੰਦੀਆਂ ਸੀ ਉਹਨਾਂ ਨੂੰ ਖਰੀਦ ਕੇ ਉਹ ਯਾਦ ਕਰ ਦਿੰਦੇ ਸੀ ਉਹਨਾਂ ਨੇ ਇਸ ਤਰ੍ਹਾਂ ਹਜ਼ਾਰਾਂ ਹੀ ਪੰਛੀ ਪਹਿਲਾਂ ਬਾਜ਼ਾਰ ਦੇ ਵਿੱਚੋਂ ਖਰੀਦੇ ਤੇ ਫਿਰ ਉਹਨਾਂ ਨੂੰ ਖੁੱਲੇ ਆਸਮਾਨ ਦੇ ਵਿੱਚ ਉਡਾ ਕੇ ਛੱਡ ਦਿੰਦੇ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਸ ਨੂੰ ਇਨਸਾਨ ਨਹੀਂ ਨਹੀਂ ਪੈਦਾ ਕਰ ਸਕਦਾ ਉਸ ਨੂੰ ਮਾਰ ਹੁੰਦਾ ਕੋਈ ਫਾਇਦਾ ਨਹੀਂ ਦਾਵਿੰਚੀ ਹੀ ਪਹਿਲਾ ਇਨਸਾਨ ਸੀ ਜਿਸ ਨੇ ਕੀ ਇਹ ਦੱਸਿਆ ਸੀ ਕਿ ਆਸਮਾਨ ਦਾ ਰੰਗ ਜੋ ਨੀਲਾ ਕਿਉਂ ਹੁੰਦਾ ਜਿਵੇਂ ਨੇ ਦੱਸਿਆ ਸੀ ਕਿ ਹਵਾ ਸੂਰਜ ਦੀ ਰੋਸ਼ਨੀ ਨੂੰ ਵਖੀਰਦੀ ਆ ਜਿਸ ਕਾਰਨ ਕਿ ਨੀਲਾ ਸਭ ਤੋਂ ਘੂੜਾ ਜਿਆਦਾ ਰੰਗ ਹੁੰਦਾ ਤੇ ਉਹ ਨੀਲਾ ਰੰਗ ਜਿਹੜਾ ਆਸਮਾਨ ਦੇ ਵਿੱਚ ਪੂਰਾ ਫੈਲਦਾ ਤੇ ਅੱਗੇ ਗੱਲ ਕਰਦੇ ਆ ਕੰਟੈਕਟ ਲੈਂਸ ਬਾਰੇ ਜਿਸ ਦਾ ਕਿ ਅੱਜ ਦੇ ਜਮਾਨੇ ਵਿੱਚ ਬਹੁਤ ਹੀ ਜਿਆਦਾ ਯੂਜ਼ ਕੀਤਾ ਜਾਂਦਾ ਉਹਨਾਂ ਦਾ ਨਿਰਮਾਣ ਵੀ ਦਾ ਵਿੰਚੀ ਨੇ ਕੀਤਾ ਸੀ ਦਾ ਵਿੰਚੀ ਨੂੰ ਲਿਖਣ ਦਾ ਤੇ ਪੜਨ ਦਾ ਬਹੁਤ ਹੀ ਜਿਆਦਾ ਸ਼ੌਂਕ ਸੀ ਅਤੇ ਉਹ ਹਰੇਕ ਜ਼ਰੂਰੀ ਗੱਲ ਨੂੰ اپنی کتاب ਦੇ ਵਿੱਚ ਦਰਜ ਕਰ ਲੈਂਦੇ ਸੀ ਅਤੇ ਉਹ ਇਟਲੀ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ ਵਿੱਚ ਜਾ ਕੇ ਕੁਦਰਤੀ ਖੂਬਸੂਰਤੀ ਦ੍ਰਿਸ਼ਾਂ ਨੂੰ ਆਪਣੀ ਪੇਂਟਿੰਗ ਦੇ ਵਿੱਚ ਕੈਦ ਕਰ ਲੈਂਦੇ ਸੀ ਜੇ ਉਹ ਕਿਸੇ ਦੇ ਚਿਹਰੇ ਦੀ ਪੇਂਟਿੰਗ ਬਣਾਉਣਾ ਚਾਹੁੰਦੇ ਸੀ ਤਾਂ ਉਸ انسان ਦੇ ਮਗਰ ਉਹ ਸਾਰਾ ਦਿਨ ਫਰਦੇ ਰਹਿੰਦੇ ਸੀ ਤਾਂ ਕਿ ਜੋ ਉਸ ਦਾ ਚਿਹਰਾ ਦਿਮਾਗ ਦੇ ਵਿੱਚ ਵੜ ਸਕੇ ਉਹ ਕਿਸੇ ਦੀ ਅਜੀਹੀ ਤਸਵੀਰ ਬਣਾ ਲੈਂਦੇ ਸੀ ਜਿਵੇਂ ਕਿ ਉਹ ਅਸਲ ਦੇ ਵਿੱਚ ਸਾਹਮਣੇ ਹੋਵੇ ਬੈਂਚੀ ਦਾ ਇਹ ਵੀ ਕਹਿਣਾ ਸੀ ਕਿ ਹਰ ਇੱਕ ਚਿੱਤਰਕਾਰ ਨੂੰ ਸ਼ੀਸ਼ੇ ਵਰਗਾ ਹੋਣਾ ਚਾਹੀਦਾ ਹੈ ਜਿਸ ਕਾਰਨ ਕਿ ਉਹ ਉਹਨਾਂ ਦੀ ਸੀਮ ਟੂ ਸੀਮ ਨਕਲ ਉਹ ਜੋ ਪੂਰੀ ਅਧਾਰ ਸਕੀ ਦਾ ਵਿੰਚੀ ਦਾ ਜਾਣ ਲੱਗੀ ਦਾ ਆਖਰੀ ਸ਼ਬਦ ਇਹ ਸੀਗਾ ਕਿ ਮੈਂ ਇਨਸਾਨ ਤੇ ਪ੍ਰਮਾਤਮਾ ਨੂੰ ਜੋ ਬਹੁਤ ਹੀ ਜ਼ਿਆਦਾ ਦੁਖੀ ਕੀਤਾ ਮੈਂ ਜਿੰਨਾ ਆਪਣੇ ਦਿਮਾਗ ਦਾ ਇਸਤੇਮਾਲ ਕਰ ਸਕਦਾ ਸੀ ਉਹਨਾਂ ਮੈਂ ਇਸਤੇਮਾਲ ਨਹੀਂ ਕੀਤਾ ਕਮਾਲ ਦੀ ਗੱਲ ਹੈ ਕਿ ਇੰਨਾ ਮਹਾਨ ਵਿਅਕਤੀ ਇੰਨੀਆਂ ਮਹਾਨ-ਮਹਾਨ ਖੋਜਾਂ ਕਰਕੇ ਵੀ ਐਂ ਕਹਿ ਰਿਹਾ ਸੀਗਾ ਵੀ ਜਿੰਨ ਮੈਂ ਆਪਦੇ ਦਿਮਾਗ ਦਾ ਯੂਜ਼ ਪੂਰਾ ਨਹੀਂ ਕਰ ਸਕਿਆ ਇਸ ਅਕੋਰਡਿੰਗ ਤਾਂ ਆਪਾਂ ਇਹ ਰੂਹੀ ਫਰਦੇ ਆਂ ਅਪਾ ਤਾਂ ਜਮਾ ਨਹੀਂ ਜੂਰ ਲੰਦੇ ਕਿਸੇ ਵੀ ਚੀਜ਼ ਤੇ ਨਹੀਂ ਫੋਕਸ ਕਰ ਪਾਉਂਦੇ ਐਨੇ ਨੇ ਮਾਰ ਬੰਦੀ ਇਹ ਗੱਲ ਕਹਿ ਕੇ ਗਈ ਐ ਇੱਥੋਂ ਤੁਰ ਗਈ ਕਿ ਅਸੀਂ ਕੁਝ ਵੀ ਨਹੀਂ ਕੀਤਾ ਜ਼ਿੰਦਗੀ ਚ ਤੁਹਾਨੂੰ ਇਸ ਵੱਡੇ ਜੀਨੀਅਸ ਦੀ ਲਾਈਫ ਦੀ ਜਰਨੀ ਸੁਣ ਕੇ ਕਿਦਾਂ ਦਾ ਅਨੁਭਵ ਹੋਇਆ ਤੁਸੀਂ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੇ ਤੁਸੀਂ ਇਹ ਵੀਡੀਓ ਮੇਰੇ YouTube ਚੈਨਲ ਤੇ ਵੇਖ ਰਹੇ ਹੋ ਤਾਂ YouTube ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ ਜੇ Facebook ਤੇ ਆ Facebook ਪੇਜ ਨੂੰ ਕਰ ਲੈਣਾ ਫੋਲੋ ਤੇ ਧੰਨਵਾਦ ਜੀ ਸ਼ਸ਼ੀ ਕੰਨੂ